12 1 ਵਜੇ ਦੇ ਦੌਰਾਨ ਦੇ ਵਿੱਚ ਹੀ ਇੱਥੇ ਚੋਰੀ ਹੋ ਗਈ ਹੈ। ਸਾਨੂੰ ਨਹੀਂ ਪਤਾ, ਵੈਸੇ ਲੱਗਦਾ ਕਿ ਇਸ ਤਰ੍ਹਾਂ ਇੱਧਰੋਂ ਦੀ ਉਹਨਾਂ ਪੌੜੀ ਲਾ ਕੇ ਅੰਦਰ ਗਏ ਨੇ, ਸਾਰੇ ਅੰਦਰ ਉਹਨਾਂ ਨੇ ਤਾਲੇ ਤੋੜੇ ਨੇ, ਗੱਲੇ ਤੋੜੇ ਨੇ। ਭੋਲੇ ਸ਼ੰਕਰ ਜੀ ਦੀ ਗਾਗਰ ਸੀਗੀ ਚਾਂਦੀ ਦੀ, ਨਾਗ ਸੀਗਾ ਚਾਂਦੀ ਦਾ, ਤ੍ਰਿਸ਼ੂਲ ਸੀਗਾ ਚਾਂਦੀ ਦਾ, ਮਾਤਾ ਜੀ ਦਾ ਚਾਂਦੀ ਦਾ ਹੈਗਾ ਸੀਗਾ, ਨਾਲੇ ਕ੍ਰਿਸ਼ਨ ਜੀ ਦੀ ਬਾਂਸਰੀ ਸੀਗੀ ਚਾਂਦੀ ਦੀ, ਸਭ ਕੁਛ ਲੈ ਗਏ ਨੇ, ਸਾਰੇ ਗੱਲੇ ਤੋੜ ਗਏ ਨੇ। ਸੀਸੀਟੀਵੀ ਪੁਲਿਸ ਵਾਲਿਆਂ ਨੇ ਚੈੱਕ ਕਰਨ ਦਾ ਮੌਕਾ ਨਹੀਂ ਦਿੱਤਾ, ਨਾਲ ਹੀ ਡੀਪੀਆਰ ਰਹਿ ਗਏ ਨੇ, ਤਾਰਾਂ ਤੂਰਾਂ ਤੋੜ ਗਏ ਸੀ ਉਹ ਪਹਿਲਾਂ ਹੀ, ਚੋਰ ਆ ਗਏ ਉਹ ਪਹਿਲਾਂ ਹੀ ਡੀਪੀਆਰ ਲੈ ਕੇ ਚਲੇ ਗਏ। ਕਰ ਰਹੇ ਹਾਂ ਜੀ, ਖੰਘਾ ਰਹੇ ਹਾਂ ਸਾਰਾ ਕੁਛ, ਸਾਡਾ ਇਹ ਤਫਤੀਸ਼ ਦਾ ਮੈਟਰ ਆ, ਸਾਰਾ ਅਸਲੀਅਤ ਕੱਢ ਕੇ ਤੁਹਾਡੇ ਅੱਗੇ ਰੱਖਦਾ ਜੀ। ਪੰਜਾਬ ਚ ਚੋਰਾਂ ਦੇ ਹੌਸਲੇ ਇੰਨੇ ਕੁ ਬੁਲੰਦ ਹੋ ਗਏ ਨੇ ਕਿ ਉਹ ਆਏ ਦਿਨ ਰਾਤ ਲਗਾਤਾਰ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਨੇ, ਬੇਖੌਫ ਹੋ ਕੇ ਗੁਰੂ ਘਰਾਂ ਮੰਦਰਾਂ ਨੂੰ ਆਪਣਾ ਨਿਸ਼ਾਨਾ ਬਣਾ ਰਹੇ ਨੇ। ਤਸਵੀਰਾਂ ਅੰਮ੍ਰਿਤਸਰ ਦੀਆਂ ਸਾਹਮਣੇ ਆਈਆਂ ਨੇ, ਜਿੱਥੇ ਚੋਰਾਂ ਦੇ ਵੱਲੋਂ ਇੱਕ ਮੰਦਰ ਨੂੰ ਆਪਣਾ ਨਿਸ਼ਾਨਾ ਬਣਾਇਆ ਗਿਆ ਅਤੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਮੰਦਰ ਕਮੇਟੀ ਦੇ ਮੈਂਬਰਾਂ ਨੇ ਦੱਸਿਆ ਕਿ ਇਹ ਕੋਈ ਪਹਿਲੀ ਵਾਰ ਨਹੀਂ ਹੋਇਆ, ਇਸੇ ਮੰਦਰ ਨੂੰ ਕਰੀਬ ਤੀਜੀ ਵਾਰ ਚੋਰਾਂ ਦੇ ਵੱਲੋਂ ਆਪਣਾ ਨਿਸ਼ਾਨਾ ਬਣਾਇਆ ਗਿਆ ਹੈ। ਉਹਨਾਂ ਕਿਹਾ ਕਿ ਕੁਝ ਹੀ ਮੀਟਰ ਦੀ ਦੂਰੀ ਤੇ ਪੁਲਿਸ ਚੌਂਕੀ ਹੈ, ਪਰ ਇਸ ਦੇ ਬਾਵਜੂਦ ਵੀ ਚੋਰਾਂ ਨੂੰ ਪੁਲਿਸ ਦਾ ਕੋਈ ਵੀ ਖੌਫ ਨਹੀਂ ਹੈ ਅਤੇ ਉਹਨਾਂ ਦੇ ਵੱਲੋਂ ਲਗਾਤਾਰ ਮੰਦਰ ਦੇ ਵਿੱਚ ਤੀਜੀ ਵਾਰ ਚੋਰੀ ਕੀਤੀ ਗਈ ਹੈ। ਮੇਰਾ ਨਾਮ ਅਮਿਤ ਹੈ ਜੀ। ਸਾਡੇ ਸਨਾਤਨ ਧਰਮ ਮੰਦਰ ਹੈ ਜੀ, ਇੱਥੇ ਇੱਕ ਸੇਵਾਦਾਰ ਆ, ਇਹ ਸਾਡੇ ਵੱਡੇ ਭਾਅ ਜੀ ਨੇ, ਇਹ ਵੀ ਇੱਥੇ ਸੇਵਾ ਕਰਦੇ ਨੇ। ਰਾਤੀ ਪੰਡਿਤ ਜੀ ਮੰਦਰ ਬੰਦ ਕਰਕੇ ਗਏ ਨੇ, 12-1 ਵਜੇ ਦੇ ਦੌਰਾਨ ਦੇ ਵਿੱਚ ਹੀ ਇੱਥੇ ਚੋਰੀ ਹੋ ਗਈ ਹੈ। ਸਾਨੂੰ ਨਹੀਂ ਪਤਾ, ਵੈਸੇ ਲੱਗਦਾ ਕਿ ਇਸ ਤਰ੍ਹਾਂ ਇੱਧਰੋਂ ਦੀ ਉਹਨਾਂ ਪੌੜੀ ਲਾ ਕੇ ਅੰਦਰ ਗਏ ਨੇ, ਸਾਰੇ ਅੰਦਰ ਉਹਨਾਂ ਨੇ ਤਾਲੇ ਤੋੜੇ ਨੇ, ਗੱਲੇ ਤੋੜੇ ਨੇ। ਭੋਲੇ ਸ਼ੰਕਰ ਜੀ ਦੀ ਗਾਗਰ ਸੀਗੀ ਚਾਂਦੀ ਦੀ, ਨਾਗ ਸੀਗਾ ਚਾਂਦੀ ਦਾ, ਤ੍ਰਿਸ਼ੂਲ ਸੀਗਾ ਚਾਂਦੀ ਦਾ, ਮਾਤਾ ਜੀ ਦਾ ਚਾਂਦੀ ਦਾ ਹੈਗਾ ਸੀਗਾ, ਨਾਲੇ ਕ੍ਰਿਸ਼ਨ ਜੀ ਦੀ ਬਾਂਸਰੀ ਸੀਗੀ ਚਾਂਦੀ ਦੀ, ਸਭ ਕੁਛ ਲੈ ਗਏ ਨੇ, ਸਾਰੇ ਗੱਲੇ ਤੋੜ ਗਏ ਨੇ, ਜੁੱਤੀਆਂ ਪਾ ਕੇ ਅੰਦਰ ਗਏ ਨੇ, ਬੇਅਦਬੀ ਕੀਤੀ ਹੈ, ਮਾਤਾ ਜੀ ਦੀ ਚੂੜੀਆਂ ਤੋੜੀਆਂ ਨੇ ਅੰਦਰ ਵੜ ਕੇ ਉਹਨਾਂ ਨੇ। ਅਤੇ ਅਸੀਂ ਉਹਨਾਂ ਨੂੰ ਪ੍ਰਸ਼ਾਸਨ ਤੋਂ ਬੇਨਤੀ ਕਰਦੇ ਹਾਂ ਕਿ ਸਾਨੂੰ ਜਲਦ ਤੋਂ ਜਲਦ ਚੋਰ ਫੜ ਕੇ ਦਿੱਤੇ ਜਾਣ। ਇਹ ਪਹਿਲੀ ਚੋਰੀ ਨਹੀਂ ਜੀ ਹੈਗੀ, ਤੀਸਰੀ ਚੋਰੀ ਇਸ ਮੰਦਰ, ਤੀਸਰੀ ਚੋਰੀ ਹੈ। ਸੀਸੀਟੀਵੀ ਲੱਗੇ ਆ, ਡੀਵੀਆਰ ਥਾਣੇ ਵਾਲੇ ਲੈ ਕੇ ਚਲੇ ਗਏ ਨੇ, ਸਵੇਰੇ ਲੈ ਕੇ ਗਏ ਨੇ। ਤੇ ਤੁਹਾਨੂੰ ਪਤਾ ਲੱਗਾ ਕਿ ਕਿੰਨੇ ਬੰਦੇ ਆਏ ਸੀ ਤੁਹਾਨੂੰ? ਭਾਜੀ ਇੱਕ ਬੰਦੇ ਦਾ ਕੰਮ ਨਹੀਂ, ਜੋ ਲੱਗ ਰਿਹਾ ਉਹ ਇੱਕ ਬੰਦੇ ਦਾ ਕੰਮ ਨਹੀਂ ਹੈਗਾ। ਤੁਸੀਂ ਸੀਸੀਟੀਵੀ ਚੈੱਕ ਕੀਤੀ? ਸੀਸੀਟੀਵੀ ਪੁਲਿਸ ਵਾਲਿਆਂ ਨੇ ਚੈੱਕ ਕਰਨ ਦਾ ਮੌਕਾ ਨਹੀਂ ਦਿੱਤਾ, ਨਾਲ ਹੀ ਡੀਪੀਆਰ ਰਹਿ ਗਏ ਨੇ, ਤਾਰਾਂ ਤੂਰਾਂ ਤੋੜ ਗਏ ਸੀ ਉਹ ਪਹਿਲਾਂ ਹੀ, ਚੋਰ ਆ ਗਏ ਉਹ ਪਹਿਲਾਂ ਹੀ ਡੀਪੀਆਰ ਲੈ ਕੇ ਚਲੇ ਗਿਆ। ਤੇ ਹੁਣ ਤੁਹਾਡੀ ਕੀ ਮੰਗ ਆ? ਸਾਡੀ ਮੰਗ ਆ ਪ੍ਰਸ਼ਾਸਨ ਹੋ ਕੇ ਸਾਨੂੰ ਨਿਆਂ ਦਿੱਤਾ ਜਾਵੇ, ਚੋਰਾਂ ਨੂੰ ਜਲਦੀ ਜਲਦੀ ਸਾਡੇ ਸਾਹਮਣੇ ਪੇਸ਼ ਕੀਤਾ ਜਾਵੇ। ਕਿੰਨੇ ਕੁ ਦਾ ਟੋਟਲ ਕਿੰਨਾ ਕੁ? ਸਾਡੇ ਕੋਲ 15-18 ਲੱਖ ਰੁਪਏ ਨੁਕਸਾਨ ਹੋਇਆ ਜੀ। 15-18 ਲੱਖ। ਤੇ ਪੁਲਿਸ ਆਈ ਸੀ, ਕੀ ਕਿਹਾ ਉਹਨੇ? ਤਾਂ ਪੁਲਿਸ ਨੇ ਤਾਂ ਕੁਛ ਨਹੀਂ ਕਿਹਾ ਜੀ, ਜੇ ਪੁਲਿਸ ਕਹਿੰਦੀ ਹੈ ਆਪਣੀ ਕਾਰਵਾਈ ਕਰਦੇ ਪਏ, ਸਾਨੂੰ ਕੋਈ ਕਾਰਵਾਈ ਦਿਖੀ ਨਹੀਂ ਅਜੇ ਤੱਕ। ਜੇ ਸਾਨੂੰ ਕੋਈ ਸਾਨੂੰ ਨਿਆਂ ਨਾ ਮਿਲਿਆ ਤਾਂ ਅਸੀਂ ਤਾਂ ਚੱਕਾ ਜਾਮ ਕਰਾਂਗੇ, ਧਰਨੇ ਲਾਵਾਂਗੇ ਥਾਣੇ ਦੇ ਅੱਗੇ ਵੀ ਤੇ ਚੌਂਕ ਦੇ ਵਿੱਚ ਵੀ। ਤੇ ਨਾਲ ਦੇ ਕੁਛ ਕਦਮਾਂ ਤੇ ਪੁਲਿਸ ਚੌਂਕੀ? ਬਿਲਕੁਲ ਜੀ, ਪੁਲਿਸ ਥਾਣਾ ਬਿਲਕੁਲ ਸਾਹਮਣੇ, ਕੁਛ ਕਦਮਾਂ ਦੇ 200 ਮੀਟਰ ਦੀ ਦੂਰੀ ਆ, 200 ਮੀਟਰ ਦੀ ਦੂਰੀ ਤੇ ਆ। ਤੇ ਪ੍ਰਸ਼ਾਸਨ ਜਿਹੜਾ ਨਾਲ ਮੌਕੇ ਤੇ ਕਦਮਾਂ ਤੇ ਚੌਂਕੀ ਆ, ਤੇ ਕੋਈ ਪੁਲਿਸ ਇੱਥੇ ਕੋਈ ਗਸ਼ਤ ਨਹੀਂ? ਕੋਈ ਪੀਸੀਆਰ? ਕੋਈ ਪੀਸੀਆਰ ਕੋਈ ਗਸ਼ਤ ਨਹੀਂ ਜੀ, ਇਹਦੇ ਲੋਕੀ ਆਪ ਹੀ ਇੱਥੇ ਸੇਵਾਦਾਰ ਹੀ ਸਿਕਿਉਰਿਟੀ ਕਰਦੇ ਨੇ, ਇੱਥੇ ਸਾਨੂੰ ਕੋਈ ਸਿਕਿਉਰਿਟੀ ਨਹੀਂ ਹੈਗੀ। ਜਦੋਂ ਕੋਈ ਫੰਕਸ਼ਨ ਹੁੰਦਾ ਇੱਥੇ ਆ ਕੇ ਕੁਰਸੀ ਲਾ ਕੇ ਬਹਿ ਜਾਂਦੇ, ਉਹ ਤਰ੍ਹਾਂ ਦੀ ਸਿਕਿਉਰਿਟੀ ਨਹੀਂ। ਉਧਰ ਦੂਜੇ ਪਾਸੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਹਨਾਂ ਨੂੰ ਮੰਦਰ ਦੇ ਵਿੱਚ ਚੋਰੀ ਹੋਣ ਦੀ ਘਟਨਾ ਬਾਰੇ ਪਤਾ ਲੱਗਿਆ ਸੀ। ਉਹਨਾਂ ਕਿਹਾ ਕਿ ਉਹ ਮੌਕੇ ਤੇ ਪੁੱਜੇ ਨੇ ਅਤੇ ਉਹਨਾਂ ਦੇ ਵੱਲੋਂ ਸਾਰੀ ਤਫਤੀਸ਼ ਕੀਤੀ ਜਾ ਰਹੀ ਹੈ। ਉਹਨਾਂ ਭਰੋਸਾ ਦਵਾਇਆ ਕਿ ਜਲਦ ਹੀ ਚੋਰਾਂ ਨੂੰ ਵੀ ਫੜ ਲਿਆ ਜਾਵੇਗਾ। ਸਾਨੂੰ ਅੱਜ ਸਵੇਰੇ ਕੌਂਸਲਰ ਰਮੀ ਜੀ ਨੇ ਇਤਲਾਹ ਦਿੱਤੀ ਜੀ ਫੋਨ ਕਰਕੇ ਮੈਨੂੰ, ਕਿ ਜੀ ਟੀ ਰੋਡ ਛਿਆੜਾ ਅਤੇ ਸ਼੍ਰੀ ਹਨੂੰਮਾਨ ਜੀ ਦਾ ਮੰਦਰ ਆ, ਅਤੇ ਇੱਥੇ ਰਾਤ ਤਾਲੇ ਤੋੜ ਕੇ ਅਤੇ ਚੋਰੀ ਹੋ ਗਈ ਹੈ। ਚੋਰਾਂ ਨੇ ਜੋ ਵੀ ਕੀਤਾ ਬਹੁਤ ਗਲਤ ਕੀਤਾ, ਅਤੇ ਸਾਡੀ ਇਹ ਡਿਊਟੀ ਬਣਦੀ ਆ, ਮੈਂ ਸਾਰਾ ਮੰਦਰ ਕਮੇਟੀ ਨਾਲ, ਸਾਰੇ ਜਿਹੜੇ ਸਾਡੇ ਇਲਾਕੇ ਦੇ ਮੋਤਬਰ ਸੱਜਣ ਨੇ, ਇਹਨਾਂ ਨਾਲ ਸਾਰੀ ਮੇਰੀ ਮੀਟਿੰਗ ਹੋਈ ਆ, ਅਸੀਂ ਆਪਣੀਆਂ ਟੀਮਾਂ ਲਾ ਦਿੱਤੀਆਂ, ਅਤੇ ਜਲਦੀ ਤੋਂ ਜਲਦੀ ਅਸੀਂ ਜਿਹੜੇ ਚੋਰ ਸਾਹਮਣੇ ਇਹਨਾਂ ਦੇ ਲਿਆਵਾਂਗੇ ਅਤੇ ਸਾਰੀ ਰਿਕਵਰੀ ਕਰਾਂਗੇ। ਮੁਕੱਦਮਾ ਦਰਜ ਕਰਕੇ ਅਸੀਂ ਟੈਕਨੀਕਲ ਤਰੀਕੇ ਨਾਲ ਵੀ ਅਤੇ ਆਪਣੇ ਸਿੱਧੇ ਤਰੀਕੇ ਨਾਲ ਵੀ ਅਸੀਂ ਜਿਹੜਾ ਵਾ ਉਹ ਚੋਰ ਲੱਭਣੇ ਸ਼ੁਰੂ ਕਰਦੇ ਆ, ਅਤੇ ਬਹੁਤ ਛੇਤੀ ਤੁਹਾਨੂੰ ਇਹਦੀ ਇਤਲਾਹ ਦੇਵਾਂਗੇ। ਕੁਛ ਕਦਮਾਂ 'ਤੇ ਪੁਲਿਸ ਚੌਂਕੀ ਹੈ ਸਰ, ਅਤੇ ਪੁਲਿਸ ਚੌਂਕੀ ਦੇ ਹੋਣ ਦੇ ਬਾਵਜੂਦ ਵੀ ਕੁਛ ਮੇਰੇ ਖਿਆਲ ਨਾਲ ਇੱਕ ਮਿੰਟ ਦਾ ਰਸਤਾ ਵੀ ਨਹੀਂ ਹੈਗਾ, ਅਤੇ ਨਾ ਪੀਸੀਆਰ ਇੱਥੇ ਹੈਗੀ ਆ ਮੰਦਰ 'ਚ, ਤੀਸਰੀ ਦੀ ਇਹ ਵਾਰਦਾਤ ਹੋਈ। ਦੇਖੋ ਜੀ, ਮੈਂ ਪਿਛਲੇ 9 ਮਹੀਨਿਆਂ ਤੋਂ ਇੱਥੇ ਤਣਾਅ ਹਾਂ, ਅਤੇ ਮੈਂ ਲਗਭਗ ਸਾਰੇ ਮੇਰੇ ਸੰਪਰਕ 'ਚ ਨੇ ਸਾਰੀਆਂ ਸੰਸਥਾਵਾਂ,
ਠੀਕ ਹੈ ਨਾ ਜੀ, ਪਿਛਲੇ 9 ਮਹੀਨਿਆਂ 'ਚੋਂ ਅਤੇ ਕਦੀ ਸਾਨੂੰ ਇੱਥੋਂ ਕੋਈ ਸ਼ਿਕਾਇਤ ਨਹੀਂ ਗਈ। ਅੱਜ ਜੇ ਕੁਛ ਹੋਇਆ ਵਾ ਤਾਂ ਉਹਦਾ ਬਕਾਇਦਾ ਅਸੀਂ ਪਰਚਾ ਦਰਜ ਕਰਕੇ ਉਹਦੀ ਕਾਰਵਾਈ ਕਰ ਰਹੇ ਹਾਂ। ਸੀਸੀਟੀਵੀ 'ਚ ਕੁਛ ਹੈਗਾ ਸਰ? ਅਸੀਂ ਕਰ ਰਹੇ ਹਾਂ ਜੀ, ਖੰਘਾ ਰਹੇ ਹਾਂ ਸਾਰਾ ਕੁਛ, ਸਾਡਾ ਇਹ ਤਫਤੀਸ਼ ਦਾ ਮੈਟਰ ਆ, ਸਾਰਾ ਅਸਲੀਅਤ ਕੱਢ ਕੇ ਤੁਹਾਡੇ ਅੱਗੇ ਰੱਖ ਦਾਂਗੇ। ਅਤੇ ਕਿੰਨੇ ਕੁ ਦੀ ਚੋਰੀ ਹੋਈ ਹੈ, ਕਿਹੜਾ ਕਿਹੜਾ ਸਮਾਨ? ਉਹ ਅੰਦਾਜ਼ਾ ਲਾ ਰਹੇ ਹਾਂ ਜੀ ਸਹੀ, ਉਹ ਸਾਡਾ ਬੈਠੇ ਨੇ, ਸਾਡੇ ਕਮੇਟੀ ਮੈਂਬਰ ਬੈਠੇ ਨੇ ਅਤੇ ਸਾਡੇ ਮੁਲਾਜ਼ਮ ਵੀ ਬੈਠੇ ਨੇ, ਅਸੀਂ ਉਹਦਾ ਅੰਦਾਜ਼ਾ ਲਾ ਰਹੇ ਹਾਂ। ਚੋਰੀ ਵੇਖੋ ਜੀ, ਚੋਰੀ ਭਾਵੇਂ ਕੱਖ ਦੀ ਲੱਖ ਦੀ ਆ, ਇਹ ਧਰਮ ਦਾ ਮਸਲਾ ਆ, ਇਹ ਚੋਰ ਤੁਹਾਡੇ ਸਾਹਮਣੇ ਲੱਭ ਕੇ ਕਰਾਂਗੇ ਜੀ। ਮੰਦਰ ਪ੍ਰਸ਼ਾਸਨ ਦਾ ਰੋਸ ਹੈ, ਕਹਿੰਦੇ ਜੇ ਨਹੀਂ ਮਿਲਦਾ ਤਾਂ ਮੰਗਲਵਾਰ ਤੱਕ ਜਿਹੜਾ ਧਰਨਾ ਵਾ ਉਹ ਵੀ ਲਗਾਇਆ ਜਾਏਗਾ। ਵੇਖੋ ਜੀ, ਇਹ ਉਹਨਾਂ ਨਾਲ ਸਾਡੀ ਗੱਲ ਹੋਈ ਆ, ਸਾਰੇ ਸਿਆਣੇ ਅਤੇ ਸੁਲਝੇ ਨੇ, ਉਹ ਸਾਡਾ ਸਾਥ ਦੇਣਗੇ, ਸਾਨੂੰ ਸਾਥ ਦੇ ਕੇ ਚੋਰ ਲੱਭਣ 'ਚ ਕਰਨਗੇ, ਨਾ ਕਿ ਕੋਈ ਉਲਝਾਉਣਗੇ, ਇਹ ਮੈਨੂੰ ਆਸ ਆ। ਸਰ ਇੰਨਾ ਪਤਾ ਲੱਗਾ ਕਿੰਨੇ ਜਾਣੇ ਸੀ, ਕਿੰਨੇ ਜਾਣੇ ਵੱਲੋਂ? ਨਹੀਂ ਜੀ, ਅਜੇ ਇਹਦੇ ਬਾਰੇ ਮੈਂ ਕੁਛ ਵੀ ਨਹੀਂ ਦੱਸੂੰਗਾ, ਇਹ ਮੇਰੀ ਤਫਤੀਸ਼ ਦਾ ਮੈਟਰ ਆ, ਅਸੀਂ ਇਹਨੂੰ ਕਲੀਅਰ ਕਰਾਂਗੇ। ਠੀਕ ਹੈ, ਥੈਂਕ ਯੂ। ਦੱਸ ਦੇ ਕਿ ਇਸ ਚੋਰੀ ਦੀ ਵਾਰਦਾਤ ਤੋਂ ਬਾਅਦ ਮੰਦਰ ਦੇ ਕਮੇਟੀ ਮੈਂਬਰਾਂ ਦਾ ਗੁੱਸਾ ਪੁਲਿਸ ਪ੍ਰਸ਼ਾਸਨ ਤੇ ਫੁੱਟਦਾ ਹੋਇਆ ਨਜ਼ਰ ਆਇਆ। ਉਹਨਾਂ ਕਿਹਾ ਕਿ ਪੁਲਿਸ ਨੇ ਅੰਦਰ ਲੱਗੇ ਸੀਸੀਟੀਵੀ ਕੈਮਰੇ DVR ਵੀ ਆਪਣੇ ਕਬਜ਼ੇ 'ਚ ਲੈ ਲਿਆ ਅਤੇ ਉਹਨਾਂ ਨੂੰ ਦੇਖਣ ਨਹੀਂ ਦਿੱਤਾ ਗਿਆ। ਉਹਨਾਂ ਕਿਹਾ ਕਿ ਪੁਲਿਸ ਪ੍ਰਸ਼ਾਸਨ ਕੁੰਭਕਰਨ ਦੀ ਨੀਂਦ ਸੁੱਤੀ ਹੋਈ ਹੈ ਅਤੇ ਚੋਰ ਬੇਖੌਫ ਹੋ ਕੇ ਮੰਦਰਾਂ ਗੁਰੂ ਘਰਾਂ ਦੇ ਵਿੱਚ ਚੋਰੀਆਂ ਕਰ ਰਹੇ ਨੇ। ਫਿਲਹਾਲ ਉਹਨਾਂ ਪੁਲਿਸ ਨੂੰ ਚੇਤਾਵਨੀ ਵੀ ਦਿੱਤੀ ਹੈ ਕਿ ਜੇਕਰ ਉਹਨਾਂ ਨੂੰ ਇਨਸਾਫ ਨਾ ਮਿਲਿਆ ਤਾਂ ਉਹਨਾਂ ਦੇ ਵੱਲੋਂ ਚੱਕਾ ਜਾਮ ਕੀਤਾ ਜਾਵੇਗਾ, ਜਿਸਦਾ ਜ਼ਿੰਮੇਵਾਰ ਪੁਲਿਸ ਪ੍ਰਸ਼ਾਸਨ ਹੋਵੇਗਾ। ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ, ਪੰਜਾਬੀ ਲੋਕ ਚੈਨਲ।